ਅੱਜ ਆਪਾਂ ਗੱਲ ਕਰਾਂਗੇ ਕੁਝ ਸਰੀਰ ਦੇ ਲੱਛਣਾਂ ਦੇ ਬਾਰੇ ਜਿਹਨੂੰ ਦੇਖ ਕੇ ਬੰਦੇ ਦੇ ਬਾਰੇ ਪਤਾ ਲੱਗ ਜਾਂਦਾ ਹੈ। ਸਭ ਤੋਂ ਪਹਿਲਾਂ ਤਾਂ ਬਹੁਤ ਸਾਰੇ ਲੋਕ ਜਿਨ੍ਹਾਂ ਦੇ ਚੈਸਟ ਦੇ ਉੱਤੇ ਬਹੁਤ ਜ਼ਿਆਦਾ ਵਾਲ ਹੁੰਦੇ ਹਨ। ਆਮ ਤੌਰ 'ਤੇ ਤਾਂ ਅੱਜ ਕੱਲ੍ਹ ਸਲਮਾਨ ਖਾਨ ਨੂੰ ਦੇਖ ਕੇ ਚੈਸਟ ਦੇ ਉੱਤੇ ਬੰਦੇ ਵਾਲ ਰੱਖਦੇ ਹੀ ਨਹੀਂ ਗੇ, ਉਹ ਜ਼ਿਆਦਾ ਸਮਾਰਟ ਅਤੇ ਮਸਕੂਲਰ ਹੋਣ ਦੀ ਕੋਸ਼ਿਸ਼ ਕਰਦੇ ਆ, ਲੇਕਿਨ ਜਿਹੜੇ ਬਹੁਤ ਲੋਕ ਬਿਜ਼ੀ ਹੈ ਉਹਨਾਂ ਦੀ ਇਹ ਪੋਜੀਸ਼ਨ ਹੁੰਦੀ ਹੈ। ਸੋ ਜਿਹਦੇ ਵੀ ਚੈਸਟ ਦੇ ਉੱਤੇ ਵਾਲ ਹੁੰਦੇ ਆ ਉਹ ਇਨਸਾਨ ਆਪਣੀ ਦਿਨ ਚਰਿਆ ਦੇ ਵਿੱਚ ਜੀਵਨ ਬਤੀਤ ਕਰਨ ਦੇ ਵਿੱਚ ਜਿਹੜਾ ਹੈ ਆਪਣੀ ਸਹਾਇਕ ਆਮਦਨੀ, ਅਨਾਜ, ਵਸਤਰ, ਸਹਾਇਕ ਚੀਜ਼ਾਂ, ਇਹਨਾਂ ਚੀਜ਼ਾਂ ਨੂੰ ਬਹੁਤ ਹੀ ਆਸਾਨੀ ਦੇ ਨਾਲ ਪਾਉਣ ਵਾਲਾ ਹੁੰਦਾ ਹੈ। ਸੋ ਐਸੀ ਹਾਲਤ ਦੇ ਵਿੱਚ ਉਹਦੇ ਹਿਰਦੇ ਦੇ ਵਿੱਚ ਹਿੰਮਤ ਹੁੰਦੀ ਹੈ। ਜੀਵਨ ਨੂੰ ਗੁਜ਼ਾਰਨ ਦੇ ਲਈ, ਹਿੰਮਤ ਨੂੰ ਕਾਇਮ ਰੱਖਣ ਦੇ ਲਈ ਕੋਈ ਨਾ ਕੋਈ ਉਹ ਤਰਕੀਬ ਕੱਢਦੇ ਰਹਿੰਦੇ ਆ। ਸਕੀਮੀ ਹੁੰਦਾ ਹੈ ਤਾਂ ਬੰਦਾ ਬਹੁਤ ਜ਼ਿਆਦਾ। ਫਿਰ ਜਿਹੜੇ ਹੈ ਸ਼ਾਸਤਰਾਂ ਦੀਆਂ ਨੀਤੀਆਂ ਦੇ ਮੁਤਾਬਿਕ ਸਮਾਂ ਬਤੀਤ ਕਰਨ ਦੀ ਪਰਵਾਹ ਨਹੀਂ ਉਹ ਕਦੀ ਕਰਦਾ, ਉਹਦੇ ਆਪਣੇ ਅਸੂਲ ਹੁੰਦੇ ਆ, ਲੇਕਿਨ ਸਾਰੇ ਕੰਮਾਂ ਨੂੰ ਕਰਨ ਦੇ ਵਿੱਚ ਉਹ ਬਹੁਤ ਦਲੇਰ ਜਾਂ ਬਹਾਦਰ ਹੁੰਦਾ ਹੈ। ਸੋ ਉਦੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਲੋਕਾਂ ਦੀ ਛੋਟੀ ਅਤੇ ਮੋਟੀ ਗਰਦਨ ਹੁੰਦੀ ਹੈ, ਗਰਦਨ ਛੋਟੀ ਹਾਈਟ, ਗਰਦਨ ਦੀ ਘੱਟ ਅਤੇ ਕੰਧਿਆਂ ਨਾਲ ਹੀ ਲੱਗੀ, ਇੱਦਾਂ ਦੇ ਲੋਕ ਕਿੱਦਾਂ ਦੇ ਹੁੰਦੇ ਆ? ਸੋ ਇੱਦਾਂ ਦੇ ਲੋਕ ਜਿਹੜੇ ਹੈਗੇ ਆ ਬਹੁਤ ਹੀ ਸਤਰਕ ਰਹਿਣ ਵਾਲੇ ਹੁੰਦੇ ਆ। ਸੋ ਦੂਜਿਆਂ ਦੇ ਚੱਕਰ ਦੇ ਵਿੱਚ ਕਦੀ ਨਹੀਂ ਫਸਦੇ, ਉਹ ਆਪਣੇ ਮਤਲਬ ਨੂੰ ਹਮੇਸ਼ਾ ਸਿੱਧ ਕਰ ਲੈਂਦੇ ਆ। ਕੋਈ ਵੀ ਗੱਲ ਮਨਾਉਣੀ ਹੈ ਉਹਨੂੰ ਮਨਾ ਲੈਂਦੇ ਆ, ਆਪਣੀ ਹਿੰਮਤ ਨੂੰ ਹਮੇਸ਼ਾ ਮਜ਼ਬੂਤ ਰੱਖਦੇ ਆ। ਫਿਰ ਉਹਨਾਂ ਦੀਆਂ ਬਹੁਤ ਸਾਰੀਆਂ ਦਿਮਾਗ ਦੇ ਵਿੱਚ ਤਰਕੀਬਾਂ ਹੁੰਦੀਆਂ ਕਿ ਕਿੱਦਾਂ ਕਿਸੇ ਤੋਂ ਕੰਮ ਕਢਾਉਣਾ ਹੈ। ਸੋ ਮੌਕਾ ਜਦੋਂ ਵੀ ਉਹਨਾਂ ਨੂੰ ਮਿਲਦਾ ਬਹੁਤ ਤੇਜ਼ੀ ਦੇ ਨਾਲ ਆਪਣਾ ਕੰਮ ਬਣਾ ਲੈਂਦੇ ਆ। ਸੋ ਮਾਣ ਵੀ ਉਹਨਾਂ ਨੂੰ ਹਾਸਲ ਹੁੰਦਾ, ਸ਼ਕਤੀਸ਼ਾਲੀ ਇੱਦਾਂ ਦੇ ਲੋਕ ਬਣ ਜਾਂਦੇ ਆ। ਫਿਰ ਬਹੁਤ ਸਾਰੇ ਲੋਕ ਜਿਹੜੇ ਆ ਭਲਵਾਨਾਂ ਵਾਂਗ ਬਿਲਕੁਲ ਸੀਨਾ ਕੱਢ ਕੇ ਚੱਲਦੇ ਆ, ਚੌੜਾ ਸੀਨਾ ਉਹਨਾਂ ਦਾ ਹੁੰਦਾ। ਅਤੇ ਇੱਦਾਂ ਦੇ ਲੋਕਾਂ ਦੇ ਬਾਰੇ ਕੀ ਕਹਿੰਦੇ ਆ ਅੰਗ ਲਕਸ਼ਣ ਦੀ ਜਿਹੜੀ ਵਿੱਦਿਆ, ਕਿ ਇੱਦਾਂ ਦੇ ਲੋਕ ਜਿਹੜੇ ਆ ਉਹਨਾਂ ਦੇ ਅੰਦਰ ਤਨ ਕਮਾਨ ਦੀ ਸ਼ਕਤੀ ਅਤੇ ਬਾਜੂਆਂ ਦੀ ਸ਼ਕਤੀ ਜਿਹੜੀ ਆ ਉਹ ਬਹੁਤ ਜ਼ਿਆਦਾ ਹੁੰਦੀ ਹੈ, ਅਤੇ ਉਹ ਬਹੁਤ ਆਸਾਨੀ ਦੇ ਨਾਲ ਚੀਜ਼ਾਂ ਨੂੰ ਹਾਸਲ ਕਰ ਲੈਂਦੇ ਆ। ਫਿਰ ਸਵਤੰਤਰਤਾ ਯੁਕਤ ਹੁੰਦੇ ਆ, ਯਾਨੀ ਕਿ ਆਜ਼ਾਦੀ ਉਹਨਾਂ ਨੂੰ ਪਸੰਦ ਹੁੰਦੀ ਹੈ। ਫਿਰ ਮਾਣ ਉਹਨਾਂ ਨੂੰ ਹਮੇਸ਼ਾ ਹੁੰਦਾ ਕਿ ਮਾਣ ਮਿਲਦਾ ਰਹੇ। ਸ਼ਤਰੂਆਂ ਨੂੰ ਇੱਦਾਂ ਦੇ ਲੋਕ ਜਿਹੜੇ ਹਮੇਸ਼ਾ ਹੈਰਾਨ ਵਾਲੇ ਹੁੰਦੇ ਆ। ਸੋ ਆਪਣੇ ਪ੍ਰਭਾਵ ਦੇ ਨਾਲ ਉਹ ਜ਼ਿਆਦਾ ਫਾਇਦਾ ਹਮੇਸ਼ਾ ਲੈ ਲੈਂਦੇ ਆ, ਹਰ ਜਗ੍ਹਾ ਤੋਂ ਲੋਕ ਇੰਪ੍ਰੈਸ ਹੁੰਦੇ ਆ ਉਹਨਾਂ ਤੋਂ। ਮੁਸੀਬਤ ਦੇ ਵਿੱਚ ਉਹ ਹਿੰਮਤ ਰੱਖਣ ਵਾਲੇ ਹੁੰਦੇ ਆ ਬਹੁਤ ਜ਼ਿਆਦਾ। ਤੋ ਸੁੱਖ ਦਾ ਭੋਗ ਹਾਸਲ ਕਰਨ ਵਾਲੇ ਹੁੰਦੇ, ਯਾਨੀ ਕਿ ਹਮੇਸ਼ਾ ਉਹਨਾਂ ਨੂੰ ਸੁੱਖ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਹਾਸਲ ਹੁੰਦਾ ਹੈ। ਸੋ ਪਿਆਰੇ ਦਰਸ਼ਕੋ, ਅੱਜ ਤਿੰਨ ਲੱਛਣਾਂ ਦੇ ਬਾਰੇ ਗੱਲ ਕੀਤੀ, ਜਿਨ੍ਹਾਂ ਦੇ ਵੀ ਤਿੰਨ ਲੱਛਣ ਹੈ ਉਹ ਕਿੱਦਾਂ ਦੇ ਹੋ ਸਕਦੇ ਆ। ਬਟ ਇਹਦੇ 'ਚ ਇੱਕ ਬਹੁਤ ਵੱਡੀ ਚੀਜ਼ ਇਹ ਵੀ ਹੈ ਨਾਲ ਕਿ ਇਹ ਲੱਛਣਾਂ ਤੋਂ ਇਲਾਵਾ ਆਪਾਂ ਬੰਦੇ ਦੀ ਜਨਮ ਕੁੰਡਲੀ ਵੀ ਚੈੱਕ ਕਰਦੇ ਹਾਂ ਕਿ ਉਹਦੇ ਕਿਹੜੇ ਕਿਹੜੇ ਸਟਾਰਸ ਕਿੱਥੇ ਕਿੱਥੇ ਆ, ਲਗਨੇਸ਼ ਕੀ ਹੈਗਾ, ਰਾਸ਼ੀ ਦਾ ਸਵਾਮੀ ਕੀ ਹੈ। ਉਹਨਾਂ ਤੋਂ ਬਾਅਦ ਹੀ ਆਪਾਂ ਡਿਸਾਈਡ ਕਰ ਸਕਦੇ ਹਾਂ ਕਿ ਆਖਿਰ ਉਹ ਬੰਦਾ ਹੈ ਕੀ ਚੀਜ਼ ਹੈ, ਕਿੱਦਾਂ ਦੀ ਉਹਦੀ ਨੇਚਰ ਹੈ, ਕਿੱਦਾਂ ਦਾ ਉਹਦਾ ਬਿਹੇਵੀਅਰ ਹੈ, ਕਿੱਦਾਂ ਦਾ ਉਹ ਬੰਦਾ ਰਹਿੰਦਾ ਹੈ। ਸੋ ਇਹ ਸਾਰਾ ਕੁਝ ਫਾਈਨਲਾਈਜ਼ ਕਰਨ ਤੋਂ ਬਾਅਦ ਹੀ ਆਪਾਂ ਇੱਕ ਬੰਦੇ ਦੇ ਬਾਰੇ ਮੇਨ ਆਪਣੀ ਧਾਰਨਾ ਬਣਾ ਸਕਦੇ ਹਾਂ। ਸੋ ਕਿੱਦਾਂ ਲੱਗਿਆ ਅੱਜ ਦਾ ਟੋਪਿਕ? ਜੇ ਵਧੀਆ ਲੱਗਿਆ ਤਾਂ ਦੋਸਤਾਂ ਦੇ ਨਾਲ ਜ਼ਰੂਰ ਸ਼ੇਅਰ ਕਰੀਓ, ਅਤੇ ਸਾਡਾ ਯੂਟਿਊਬ ਚੈਨਲ ਐਸਟ੍ਰੋਲੋਜਰ ਸੁਖਮਿੰਦਰ ਲੁਧਿਆਣਾ ਇੰਡੀਆ, ਅਤੇ ਸੇਮ ਨਾਮ ਤੋਂ ਫੇਸਬੁੱਕ ਦੇ ਉੱਤੇ ਉਹਨੂੰ ਵੀ ਲਾਈਕ ਕਰਨਾ ਨਾ ਭੁੱਲਿਓ, ਤਾਂ ਕਿ ਤੁਹਾਨੂੰ ਲੇਟੈਸਟ ਅਪਡੇਟ ਸਾਡੇ ਤੋਂ ਮਿਲਦੇ ਰਹਿਣ। ਅਤੇ ਸਾਡਾ ਜਿਹੜਾ ਇੱਕ ਵਿਸ਼ੇਸ਼ ਪ੍ਰੋਡਕਟ ਹੈ ਨਵਗ੍ਰਹਿ ਦਿਵਿਆ ਵਨਸਪਤੀ ਦਲ, ਉਹ ਇਹ ਹੈ, ਅਤੇ ਸਾਡੀ ਧੂਨੀ ਇਹ ਹੈ, ਦੋ ਚੀਜ਼ਾਂ। ਜਦੋਂ ਵੀ ਸਾਡੇ ਕੋਲ ਆਓ, ਇਹ ਵਿਸ਼ੇਸ਼ ਪਲਾਂਟ ਤੁਹਾਡੇ ਲਈ ਬਿਲਕੁਲ ਫ੍ਰੀ ਹੈ, ਅਤੇ ਸਾਡੀ ਇਸ ਧੂਨੀ ਦੇ ਨਾਲ ਨਜ਼ਰ ਦੋਸ਼, ਵਾਸਤੂ ਦੋਸ਼, ਤੰਤਰ ਦੋਸ਼ ਤਿੰਨਾਂ ਤੋਂ ਰਾਹਤ ਜ਼ਰੂਰ ਹਾਸਲ ਕਰ ਸਕਦੇ ਹੋ। ਸੋ ਅਪੁਆਇੰਟਮੈਂਟ ਲੈ ਕੇ ਹੀ ਆਈਓ ਜਦੋਂ ਵੀ ਆਓਗੇ, ਨੰਬਰ ਸਕਰੀਨ 'ਤੇ ਹੈ, ਤਾਂ ਕਿ ਤੁਹਾਨੂੰ ਕੋਈ ਪਰੇਸ਼ਾਨੀ ਨਾ ਹੋਵੇ। ਜਾਣ ਤੋਂ ਪਹਿਲਾਂ ਇਹੀ ਕਹਾਂਗੇ, ਸਭ ਤੋਂ ਵੱਡਾ ਦਰਜਾ ਮਾਂ ਦਾ, ਜਦੋਂ ਵੀ ਘਰੋਂ ਜਾਂਦੇ ਹੋ ਮਾਂ ਦੇ ਚਰਨ ਚੁੱਕੇ ਜਾਈਓ, ਪਿਤਾ ਜੀ ਦਾ ਆਸ਼ੀਰਵਾਦ ਲੈ ਕੇ ਜਾਈਓ, ਗੁਰੂ ਜਨਾਂ ਦੇ ਦੱਸੇ ਰਸਤੇ 'ਤੇ ਚੱਲਿਓ, ਝੂਠ ਨਾ ਬੋਲਿਓ, ਗਾਲਾਂ ਨਾ ਕੱਢਿਓ, ਕਿਸੇ ਦਾ ਮਾੜਾ ਨਾ ਕਰਿਓ, ਤਕਦੀਰ ਬਹੁਤ ਵਧੀਆ ਹੋ ਜਾਊਗੀ, ਧੀਆਂ ਨੂੰ ਕੁੱਖਾਂ 'ਚ ਨਾ ਮਾਰੀਓ, ਹਰ ਘਰ ਦੇ ਬਾਹਰ ਇੱਕ ਰੁੱਖ ਜ਼ਰੂਰ ਲਗਾਈਓ, ਨਸ਼ਿਆਂ ਤੋਂ ਪਰਹੇਜ਼ ਕਰਿਓ, ਅਤੇ 10 ਬੰਦ ਕੱਢ ਕੇ ਨੇਕ ਕੰਮਾਂ 'ਚ ਖਰਚ ਕਰਦੇ ਰਹੋ, ਤੁਹਾਡੀ ਸਾਰੀ ਲਾਈਫ ਬਹੁਤ ਜ਼ਿਆਦਾ ਵਧੀਆ ਰਹੂਗੀ। ਕੱਲ੍ਹ ਫਿਰ ਮਿਲਾਂਗੇ ਇੱਕ ਨਵੇਂ ਵਿਸ਼ੇ ਦੇ ਨਾਲ। ਨਮਸਕਾਰ।